ਫਾਜ਼ਿਲਕਾ ਸਮਾਚਾਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਇਕੱਲੀ ਫੋਟੋ ਵੋਟਰ ਪਰਚੀ ਨਾਲ ਨਹੀਂ ਪਾਈ ਜਾ ਸਕੇਗੀ ਵੋਟ। ਵੋਟਰ ਫੋਟੋ ਸ਼ਨਾਖਤੀ ਕਾਰਡ ਜਾਂ 11 ਹੋਰ ਨਿਰਧਾਰਤਾ ਦਸਤਾ ਵਿੱਚੋਂ ਇੱਕ ਦਿਖਾਉਣਾ ਹੋਵੇਗਾ ਲਾਜ਼ਮੀ। ਜ਼ਿਲ੍ਹਾ ਚੋਣ ਅਫਸਰ ਵੋਟਰ ਪਰਚੀ ਦੇ ਨਾਲ ਨਾਲ ਚੋਣ ਕਮਿਸ਼ਨਰ ਵੱਲੋਂ ਨਿਰਧਾਰਿਤ 12 ਸ਼ਨਾਖਤੀ ਦਸਤਾ ਵਿੱਚੋਂ ਕੋਈ ਇੱਕ ਸ਼ਨਾਖਤੀ ਦਸਤਾਵੇਜ਼ ਵਿਖਾ ਕੇ ਕੀਤਾ ਜਾ ਸਕੇਗਾ ਵੋਟ ਦਾ ਭੁਗਤਾਨ। ਹੁਣ ਖਬਰ ਵਿਸਤਾਰ ਨਾਲ। ਫਾਜ਼ਿਲਕਾ ਦੇ ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਸਰਦਾਰ ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਇਕੱਲੀ ਫੋਟੋ ਵੋਟਰ ਪਰਚੀ ਨਾਲ ਵੋਟ ਦਾ ਭੁਗਤਾਨ ਨਹੀਂ ਕੀਤਾ ਜਾ ਸਕੇਗਾ, ਸਗੋਂ ਵੋਟ ਦੇ ਭੁਗਤਾਨ ਸਮੇਂ ਵੋਟਰਾਂ ਨੂੰ ਫੋਟੋ ਅਤੇ ਵੋਟ ਪਰਚੀ ਦੇ ਨਾਲ ਨਾਲ ਕੋਈ ਇੱਕ ਸ਼ਨਾਖਤੀ ਦਸਤਾਵੇਜ਼ ਦਿਖਾਉਣ ਲਾਜ਼ਮੀ ਹੋਵੇਗਾ। 11 ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਨਾਲ ਆਈਡੈਂਟੀਫਿਕੇਸ਼ਨ ਹੋਏਗੀ। ਵੋਟਰ ਕਾਰਡ ਜਿਹੜਾ ਹੁੰਦਾ ਉਹ ਤਾਂ ਪ੍ਰੋਪਰ ਹੈ ਹੀ ਹੈ, ਪਰ ਜਿਵੇਂ ਕੁਝ ਹੋਰ ਚੀਜ਼ਾਂ ਤਿਆਰ ਕੀਤੀਆਂ ਗਈਆਂ ਤੁਸੀਂ ਉਹ ਸਾਡੇ ਬਾਹਰ ਇੱਥੇ ਲੱਗੀਆਂ ਹੋਈਆਂ ਨੇ ਸਾਰੀਆਂ ਚੀਜ਼ਾਂ, ਪੈਨ ਕਾਰਡ ਹੋ ਗਿਆ, ਪਾਸਪੋਰਟ ਹੋ ਗਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁੱਲ 11 ਨੇ ਉਹਦੇ ਹਿਸਾਬ ਨਾਲ ਆਈਡੈਂਟੀਫਾਈ ਹੋ ਕਰਕੇ ਅਸੀਂ ਉਹਨਾਂ ਨੂੰ ਪੋਲਿੰਗ ਜਿਹੜਾ ਉਹ ਕਰਾਂਗੇ।